ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇਹ ਤਸਵੀਰਾਂ ਨੇ ਪੰਜਾਬ ਦੇ ਬਟਾਲਾ ਦੇ IDBI ਬੈਂਕ ਦੀਆਂ। ਇਸ ਬੈਂਕ ਦੇ ਵਿੱਚ 10 ਮਿੰਟਾਂ 'ਚ ਜੋ ਕੁਝ ਹੋਇਆ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇਸ ਬੈਂਕ ਦੇ ਵਿੱਚ 25 ਲੱਖ ਰੁਪਏ ਲੁੱਟ ਲਏ ਗਏ। ਦਿਨ ਦਿਹਾੜੇ 4 ਨੌਜਵਾਨ ਹਥਿਆਰ ਲੈ ਕੇ ਬੈਂਕ ਵਿੱਚ ਵੜ ਗਏ। ਇਸ ਦੌਰਾਨ ਬੈਂਕ 'ਚ ਸਿਰਫ 3 ਜਾਣਿਆਂ ਦਾ ਸਟਾਫ ਮੌਜੂਦ ਸੀ। ਬੈਂਕ 'ਚ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਸੀ। ਇਸ ਗੱਲ ਦਾ ਫਾਇਦਾ ਲੁਟੇਰਿਆਂ ਨੇ ਚੱਕਿਆ। ਜੇਕਰ ਬੈਂਕ ਦੇ ਅਫਸਰਾਂ ਦੀ ਮੰਨੀਏ ਤਾਂ ਲੁਟੇਰਿਆਂ ਨੇ ਆਉਂਦੇ ਹੀ ਸਾਰਿਆਂ ਨੂੰ ਬੰਧਕ ਬਣਾ ਲਿਆ, ਹਥਿਆਰਾਂ ਦੀ ਨੋਕ 'ਤੇ ਸਭ ਨੂੰ ਡਰਾ ਦਿੱਤਾ। ਇਸ ਤੋਂ ਬਾਅਦ 'ਚੋਂ 25 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਹੀ ਨਹੀਂ, ਇਹ ਲੁਟੇਰੇ ਇੰਨੇ ਸ਼ਾਤਰ ਸੀ ਕਿ ਇਹ ਜਾਂਦੇ ਵੇਲੇ ਬੈਂਕ ਦਾ DVR ਵੀ ਲੈ ਗਏ। ਯਾਨੀ ਕਿ ਜੇ ਬੈਂਕ 'ਚ ਲੱਗੇ ਕੈਮਰਿਆਂ 'ਚ ਇਹਨਾਂ ਦੀ ਤਸਵੀਰਾਂ ਆ ਵੀ ਜਾਣ ਤਾਂ ਉਹ ਕਿਸੇ ਕੋਲ ਨਾ ਪਹੁੰਚ ਸਕਣ। ਇਸ ਦਾ ਇੰਤਜ਼ਾਮ ਲੁਟੇਰਿਆਂ ਨੇ ਕਰ ਲਿਆ। ਪੁਲਿਸ ਦੀ ਮੰਨੀਏ ਤਾਂ ਲੁਟੇਰੇ ਜਾਂਦੇ ਵੇਲੇ ਬੈਂਕ 'ਚੋਂ DVR ਨਾਲ ਲੈ ਗਏ, ਜਿਸ ਦੇ ਚੱਲਦਿਆਂ ਕੈਮਰਿਆਂ ਦੇ ਵਿੱਚ ਹੋਈ ਰਿਕਾਰਡਿੰਗ ਵੀ ਪੁਲਿਸ ਨੂੰ ਨਹੀਂ ਮਿਲ ਸਕੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ SSP ਉਪਿੰਦਰਜੀਤ ਸਿੰਘ ਘੁੰਮਣ ਮੌਕੇ ਤੇ ਪਹੁੰਚ ਗਏ। ਪੁਲਿਸ ਅਲੱਗ ਅਲੱਗ ਥਿਊਰੀਆਂ ਤੇ ਕੰਮ ਕਰ ਰਹੀ ਹੈ। ਇੱਕ ਸਭ ਤੋਂ ਵੱਡਾ ਸਵਾਲ ਵੀ ਉੱਠਿਆ ਹੈ ਕਿ ਪੁਲਿਸ ਦੇ ਕਹਿਣ ਦੇ ਬਾਵਜੂਦ ਬੈਂਕ ਨੇ ਸਿਕਿਉਰਿਟੀ ਗਾਰਡ ਨਹੀਂ ਸੀ ਰੱਖਿਆ। ਬਟਾਲਾ ਦੇ SSP ਉਪਿੰਦਰਜੀਤ ਸਿੰਘ ਘੁੰਮਣ ਨੇ ਖੁਦ ਮੰਨਿਆ ਹੈ ਕਿ ਬੈਂਕ ਨੂੰ ਸਿਕਿਉਰਿਟੀ ਗਾਰਡ ਵਾਸਤੇ ਕਿਹਾ ਗਿਆ ਸੀ, ਪਰ ਇਸ ਦੇ ਬਾਵਜੂਦ ਬੈਂਕ ਨੇ ਸਿਕਿਉਰਿਟੀ ਗਾਰਡ ਨਹੀਂ ਰੱਖਿਆ। ਬੈਂਕ ਦੇ ਅਫਸਰਾਂ ਦੀ ਮੰਨੀਏ ਤਾਂ ਲੁਟੇਰਿਆਂ ਨੇ ਕੁੱਲ 25 ਲੱਖ ਰੁਪਇਆ ਲੁੱਟ ਲਿਆ। ਇਸ ਘਟਨਾ ਤੋਂ ਬਾਅਦ ਬਟਾਲਾ ਦੀ ਪੁਲਿਸ ਨੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਕਰਵਾ ਦਿੱਤਾ ਹੈ। ਆਸ ਪਾਸ ਦੀਆਂ CCTV ਫੁਟੇਜ ਖੰਗਾਲੀਆਂ ਜਾ ਰਹੀਆਂ ਨੇ, ਪਰ ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ। ਤੁਹਾਨੂੰ ਦੱਸ ਦਈਏ, ਪਿਛਲੇ ਕੁਝ ਦਿਨਾਂ 'ਚ ਪੰਜਾਬ 'ਚ ਬੈਂਕ ਡਕੈਤੀਆਂ ਵਧੀਆਂ ਨੇ। ਫਿਲਹਾਲ ਪੁਲਿਸ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਪੰਜਾਬ 'ਚ ਕੋਈ ਇੱਕ ਗੈਂਗ ਹੀ ਹੈ ਜੋ ਬੈਂਕ ਡਕੈਤੀਆਂ ਦਾ ਕੰਮ ਕਰ ਰਿਹਾ ਹੈ। ਇਸ ਦੇ ਚੱਲਦਿਆਂ ਪੁਲਿਸ ਪੁਰਾਣੇ ਅਪਰਾਧੀਆਂ 'ਤੇ ਵੀ ਨਜ਼ਰ ਰੱਖ ਰਹੀ ਹੈ। ਅਗਲੀਆਂ ਤਸਵੀਰਾਂ 'ਚ ਤੁਸੀਂ ਸੁਣੋ ਬੈਂਕ ਦੇ ਮੈਨੇਜਰ ਨੇ ਕੀ ਕਿਹਾ। ਇਸ ਦੇ ਨਾਲ ਹੀ ਸੁਣੋ ਬਟਾਲਾ ਦੇ SSP ਉਪਿੰਦਰਜੀਤ ਸਿੰਘ ਘੁੰਮਣ ਇਸ ਵਾਰਦਾਤ ਦੇ ਬਾਰੇ ਕੀ ਕਹਿ ਰਹੇ ਨੇ। ਔਰ ਆਪਣਾ ਕੁਛ 1 ਵਜੇ ਕੇ ਕਰੀਬ ਆਸ ਪਾਸ ਆਪਣਾ 4 ਲੋਕ ਆਏ ਥੇ ਪਿਸਟਲ ਸੇ ਸਾਥ ਥੇ ਔਰ ਉਹ ਬ੍ਰਾਂਚ ਮੇਂ ਆਏ ਥੇ ਤੋ ਉਨ੍ਹੋਂਨੇ ਆਗੇ ਪਹਿਲੇ ਮੈਨੇਜਰ ਸਾਹਿਬ ਕਾ ਪੁੱਛਾ, ਫਿਰ ਕੈਸ਼ੀਅਰ ਕਾ ਪੁੱਛਾ ਕੈਸ਼ੀਅਰ ਦਾ ਕਹਾਂ ਪਰ ਹੈ, ਕੈਸ਼ੀਅਰ ਕਹਾਂ ਪਰ ਹੋਤਾ ਹੈ। ਤੋ ਕੈਸ਼ੀਅਰ ਕੋ ਬਾਹਰ ਬੁਲਾਇਆ, ਮੇਰੇ ਕੋਲ ਯਹੀਂ ਪੇ ਬਿਠਾਏ ਤੁਸੀਂ ਵੀ ਔਰ ਸਾਥ ਮੇਂ ਬੰਦੂਕ ਰੱਖ ਦੀ ਥੀ ਹਮਾਰੇ ਆਪਣੇ ਸਿਰ ਦੇ ਬੰਦੂਕ ਰੱਖ ਦੀ ਥੀ ਔਰ ਇੱਕ ਜਣਾ ਅੰਦਰ ਟੈਲ ਕੈਸ਼ ਰੂਮ ਮੇਂ ਜਾ ਕੇ ਕਿਸ ਨੇ ਕੈਸ਼ ਫਰਾ ਉਠਾ ਲਿਆ, ਸਾਰਾ ਕੈਸ਼ ਫਰਾ ਉਠਾਇਆ ਔਰ ਆਪਣਾ ਕੁਛ 5-10 ਮਿੰਟ ਕੇ ਬੀਚ ਮੇਂ ਸਾਰੀ ਬਾਤ ਕਰਕੇ ਫਿਰ ਯਹਾਂ ਸੇ ਨਿਕਲ ਗਏ ਥੇ। ਵੈਪਨਸ ਵੀ ਐਸ ਐਸ ਤੋਂ 4 ਆਦਮੀ ਥੇ ਔਰ ਜੋ ਪਿਸਟਲਸ ਹੋਤੀ ਛੋਟੀ ਛੋਟੀ ਵੋਨ ਕੇ ਬਸ ਰਿਵੋਲਵਰ ਕੁਛ ਪਿਸਟਲਸ ਥੀ ਔਰ ਕਸਟਮਰ ਸੇ 8-10 ਕਸਟਮਰ ਸੇ ਬਾਕੀ ਯਹਾਂ ਪੇ ਹਮੇਂ 3 ਕਾ ਸਟਾਫ ਥਾ, ਬਸ 3 ਸਟਾਫ ਸੇ ਯਹਾਂ ਪੇ ਸਾਰੇ ਮੇਂ ਰਹੇ, ਲੇਕਿਨ ਉਨ੍ਹੋਂ ਨੇ ਹਮੇਂ ਮੌਕਾ ਨਹੀਂ ਦਿਆ ਕਿਉਂਕਿ ਹਮਾਰੇ ਉਹ ਬੰਦੂਕ ਵਗੈਰਾ ਲਗੀ ਹੋਈ ਥੀ, ਉਨ੍ਹੋਂ ਨੇ ਬੰਦੂਕ ਆਪਣਾ ਸਾਥ ਹੀ ਲੋਡ ਕਰਕੇ ਰੱਖੀ ਹੋਈ, ਕਹਿ ਰਹੇ ਥੇ ਕਿ ਆਪਣੀ ਚਲਾ ਦੇ, ਹਮੇਂ ਧਮਕੀਆਂ ਵੀ ਦਿਆ ਥੇ ਆਪਣੇ ਬੰਦੂਕ ਚਲਾਉਣ ਕੇ ਲੀਏ ਔਰ ਥੋੜ੍ਹੀ ਹਾਥਾਬਾਈ ਵੀ ਕੀ ਉਨ੍ਹੋਂ ਨੇ ਹਮਾਰੇ ਸਾਥ ਔਰ ਹਮਾਰੇ ਮੋਬਾਈਲ ਸਾਰਾ ਲੈ ਕੇ ਆਪਣੇ ਬਾਕੀ ਬ੍ਰੈਸਲੇਟਸ ਵਗੈਰਾ ਉਹ ਸਭ ਲੈ ਗਏ। ਹਾਂ ਪਹਿਲੇ ਗਾਰਡ ਥਾ ਲੇਕਿਨ ਮਾਰਚ ਮਹੀਨੇ ਬਾਅਦ ਕੋਈ ਗਾਰਡ ਨਹੀਂ ਥਾ ਯਹਾਂ ਪਰ, ਉਹ ਸਭ DVR ਲੈ ਕੇ ਜੋ ਮੋਨੀਟਰ ਹੈ ਜਿਸ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਉਹ ਸਭ ਲੈ ਗਏ ਔਰ ਸਾਥ ਮੇਂ ਕੰਪਿਊਟਰ ਸਭ ਉਹ ਵੀ ਲੈ ਗਏ। ਐਸ ਕੁਛ 25 ਕੇ ਆਸ ਪਾਸ ਹੋਗਾ, 25 ਲੱਖ ਕੇ ਆਸ ਪਾਸ ਜੋ ਕਈ ਹੋਏ ਤਾਂ ਉਹਨਾਂ ਨੇ ਨਕਾਬ ਵਗੈਰਾ ਮਤਲਬ ਰੁਮਾਲ ਬੰਨ੍ਹਦੇ ਹੋਏ ਥੇ, ਇੱਕ ਆਧਾ ਬੰਦਾ ਮੋਨਾ ਥਾ, ਬਾਕੀ ਕਿਆ ਕਹਿੰਦੇ 4 ਜਣੇ ਥੇ ਸਾਰੇ। ਅੱਜ 1 ਵਜੇ ਦੇ ਕਰੀਬ 4 ਜਣੇ ਲੱਗੇ।